ਬੀਂਗ ਅ ਮਾਸਟਰ ਮਸਲਮੇਨੀਆ ਮੈਂ ਪਲੇ ਕੀਤਾ ਅਤੇ ਆਈ ਵਾਜ਼ ਅ ਚੈਂਪੀਅਨ ਇਨ ਦੈਟ ਟੂਰਨਾਮੈਂਟ। ਅਤੇ ਭਾਅ ਜੀ ਜਿੱਦਾਂ ਲਾਸਟ ਲੇਅਰ ਆਫ ਫੈਟ ਰਹਿ ਜਾਂਦੀ ਆ ਕੰਪੀਟ ਦੇ ਵਿੱਚ ਕਈਆਂ ਦੀ ਜਦੋਂ ਪ੍ਰੈਪ ਕਰਦੇ ਆ ਥੱਲੇ ਬਲਜ ਰਹਿ ਜਾਂਦਾ, ਤੁਹਾਡੇ ਉਹ ਬਲਜ ਨਹੀਂ ਸੀਗਾ ਜਿੱਦਾਂ ਬਿਲਕੁਲ। ਸੋ ਮੈਂ ਤੁਹਾਨੂੰ ਮਿਲਾਊਂਗਾ ਹੁਣੀ ਮਨੀਸ਼ ਸਰ ਜਿਹੜੇ ਕਿ ਐਜੂਕੇਸ਼ਨ ਡਿਪਾਰਟਮੈਂਟ ਤੋਂ ਆ। 2022 'ਚ ਭਾਅ ਜੀ ਆਪਾਂ ਕੰਪੀਟ ਕੀਤਾ ਸੀ ਪਹਿਲਾਂ, 2022 'ਚ ਪਹਿਲਾਂ ਹੀ ਕੰਪੀਟ, ਉਸ ਤੋਂ ਪਹਿਲਾਂ ਅਸੀਂ ਲਾਈਫ 'ਚ ਮੈਨੂੰ ਲੱਗਦਾ ਕੰਪੀਟ ਨਹੀਂ ਕੀਤਾ ਹੋਣਾ ਭਾਅ ਜੀ। ਨੈਵਰ, ਫਸਟ ਕੰਪੀਟ ਸੀਗਾ ਮੇਰਾ ਦਸੰਬਰ 2022 ਦੇ ਵਿੱਚ ਮਸਲਮੇਨੀਆ। ਅਤੇ ਭਾਅ ਜੀ ਬਹੁਤ ਡਾਊਟ ਆ ਲੋਕਾਂ ਨੂੰ ਕਿ ਨਾ ਕਿ 40 ਤੋਂ ਬਾਅਦ ਮਸਲ ਬਿਲਡ ਨਹੀਂ ਹੁੰਦੇ, ਤੁਸੀਂ ਥੋੜ੍ਹਾ ਕਲੀਅਰ ਕਰੋ ਇਹਨਾਂ ਨੂੰ, ਕਿਉਂਕਿ ਤੁਸੀਂ ਕੈਟੇਗਰੀ 'ਚ ਫਸਟ ਆਏ ਸੀਗੇ ਆਪਣੀ ਮੈਨਸ ਫਿਜ਼ਿਕ ਦੇ ਵਿੱਚ, ਅਤੇ ਕਿੱਦਾਂ ਤੁਸੀਂ ਸ਼ੁਰੂਆਤ ਕੀਤੀ, ਪ੍ਰੈਪ ਕਿੱਦਾਂ ਕੀਤੀ, ਅਤੇ ਮਸਲ ਬਿਲਡ ਹੋ ਸਕਦੇ 40 ਤੋਂ ਬਾਅਦ? ਹਾਂ, ਇਹ ਤਾਂ ਬਿਲਕੁਲ ਮਿੱਥ ਹੈ ਕਿ ਮਸਲ ਬਿਲਡ ਨਹੀਂ ਹੋ ਸਕਦੇ। ਅਤੇ ਮੇਰੀ ਜਰਨੀ ਜਿਹੜੀ ਸਟਾਰਟ ਹੋਈ ਐਸ਼ ਦੇ ਨਾਲ 2018 ਤੋਂ ਅਸੀਂ ਸਟਾਰਟ ਕੀਤਾ ਸੀ, ਅਤੇ ਮੈਂ ਬਿਲਕੁਲ ਹੀ ਇੱਕ ਅਨਨੋਨ ਪਰਸਨ ਸੀਗਾ ਜਿਹੜਾ ਜਿਮ ਬਾਰੇ ਜਾਣਦਾ ਸੀ। ਲੇਕਿਨ ਰੈਗੂਲਰ ਡਾਇਟ, ਵਧੀਆ ਕੋਚਿੰਗ ਅਤੇ ਇਹਨਾਂ ਦੀ ਗਾਈਡੈਂਸ ਦੇ ਨਾਲ ਫਸਟ ਟ੍ਰਾਂਸਫੋਰਮੇਸ਼ਨ ਮੈਂ ਆਪਣੀ ਬਾਡੀ ਦੀ ਫੈਟ ਲੋਸ ਜਿਹੜੀ ਕੀਤੀ 2019 ਦੇ ਵਿੱਚ ਕੀਤੀ। ਆਫਟਰ ਦੈਟ ਕੁਛ ਮੇਰੀਆਂ ਜੋਬ ਦੀਆਂ ਓਬਲੀਗੇਸ਼ਨ ਸੀ, ਉਹਦੇ ਕਰਕੇ ਮੈਂ ਕੰਪੀਟ ਵੱਲ ਨਹੀਂ ਸੀ ਸੋਚ ਸਕਦਾ। ਅਤੇ ਲੇਕਿਨ 2022 ਦੇ ਵਿੱਚ ਮੈਂ ਫਿਰ ਡਿਸਾਈਡ ਕੀਤਾ ਕਿ ਆਈ ਹੈਵ ਆ ਮਸਲ ਮਾਸ, ਲਿਟਲ ਬਿਟ ਮਸਲ ਮਾਸ, ਬਿਕੋਜ਼ ਇਟ ਵਾਜ਼ ਮਾਈ ਸਟਾਰਟਿੰਗ ਪੁਆਇੰਟ। ਬਟ ਵੀ ਡਿਡ ਇਨ 6 ਮੰਥਸ, ਅਤੇ ਬਿਲਕੁਲ ਨੈਚੁਰਲ ਐਂਡ ਨਿਊਟ੍ਰੀਸ਼ਨ ਨੂੰ ਮੇਨ ਰੱਖਦੇ ਹੋਏ, ਐਕਸਰਸਾਈਜ਼ ਨੂੰ ਫੋਕਸ ਕਰਦੇ ਹੋਏ, ਡਿਸਿਪਲਿਨ ਨੂੰ ਫੋਕਸ ਕਰਦੇ ਹੋਏ 2022 ਦਸੰਬਰ ਦੇ ਵਿੱਚ ਬੀਂਗ ਅ ਮਾਸਟਰ ਮਸਲਮੇਨੀਆ ਮੈਂ ਪਲੇ ਕੀਤਾ ਅਤੇ ਆਈ ਵਾਜ਼ ਅ ਚੈਂਪੀਅਨ ਇਨ ਦੈਟ ਟੂਰਨਾਮੈਂਟ। ਅਤੇ ਭਾਅ ਜੀ ਜਿੱਦਾਂ ਲਾਸਟ ਲੇਅਰ ਆਫ ਫੈਟ ਰਹਿ ਜਾਂਦੀ ਆ ਕੰਪੀਟ ਦੇ ਵਿੱਚ ਕਈਆਂ ਦੀ ਜਦੋਂ ਪ੍ਰੈਪ ਕਰਦੇ ਆ ਥੱਲੇ ਬਲਜ ਰਹਿ ਜਾਂਦਾ, ਤੁਹਾਡੇ ਉਹ ਬਲਜ ਨਹੀਂ ਸੀਗਾ ਜਿੱਦਾਂ ਬਿਲਕੁਲ ਕਲੀਅਰ ਸੀਗਾ, ਉਹਦਾ ਕੀ ਤਰੀਕਾ ਵਾ? ਜਾਂ ਮੈਂ ਖੁਦ ਨਹੀਂ ਦੱਸਣਾ ਚਾਹੁੰਦਾ, ਮੈਂ ਚਾਹੁੰਦਾ ਤੁਸੀਂ ਦੱਸੋ ਕਿ ਆਪਾਂ ਕਿੱਦਾਂ ਉਹਨੂੰ ਕਰ ਸਕਦੇ, ਜਾਂ ਬੱਚਿਆਂ ਨੂੰ ਦੱਸੋ, ਜਾਂ ਜਿਹੜੇ 40 ਈਅਰਸ ਦੇ ਦੇਖ ਰਹੇ ਉਹਨਾਂ ਨੂੰ ਦੱਸੋ ਕਿ ਉਹ ਕਿੱਦਾਂ ਉਹ ਲਾਸਟ ਲੇਅਰ ਆਫ ਫੈਟ ਨੂੰ ਡਰੋਪ ਕਰਨ, ਕਿੱਦਾਂ ਪ੍ਰੈਪ ਸ਼ੁਰੂ ਕਰਨ, ਕਿੰਨੀ ਦੇਰ ਪਹਿਲਾਂ ਪ੍ਰੈਪ ਸ਼ੁਰੂ ਕਰਨ? ਇੱਕ ਤਾਂ ਇਹ ਹੈ ਕਿ ਜੋ ਤੁਹਾਡੇ ਕੋਚ ਨੇ ਤੁਹਾਨੂੰ ਗਾਈਡ ਕੀਤਾ, ਪਹਿਲਾਂ ਤਾਂ ਪਲੈਨ ਸਟ੍ਰਿਕਟ ਟੂ ਦੈਟ ਪਲੈਨ ਰਹੋ, ਤੁਸੀਂ ਆਪਣੀ ਉਹਦੇ ਵਿੱਚ ਅਮੈਂਡਮੈਂਟ ਕਰਨ ਦੀ ਕੋਸ਼ਿਸ਼ ਨਾ ਕਰੋ, ਫਸਟ ਥਿੰਗ ਇਜ਼ ਦੈਟ। ਸੈਕਿੰਡ, ਇੱਕ ਜਦੋਂ ਲਾਸਟ ਫੇਸ ਆ ਜਾਂਦਾ ਬਾਡੀ ਦੇ ਵਿੱਚ, ਕਾਰਡੀਓ ਇਜ਼ ਮੋਰ ਇੰਪੋਰਟੈਂਟ ਐਟ ਦੈਟ ਮੂਮੈਂਟ। ਐਕਸਰਸਾਈਜ਼ ਪੈਰਲਲ ਹੀ ਕਰਨੀ ਕਰਨੀ ਹੈ, ਲੇਕਿਨ ਉਹਦੇ ਨਾਲ ਇੱਕ ਕਾਰਡੀਓ, ਲੋ ਇੰਟੈਂਸਿਟੀ ਕਾਰਡੀਓ, ਜਿਹੜਾ ਵਾਕ ਹੋ ਗਈ, ਇਨਕਲਾਈਨ ਵਾਕ, ਯੂ ਕੈਨ ਡੂ ਇਨਕਲਾਈਨ ਵਾਕ ਆਲਸੋ ਔਨ ਟ੍ਰੈਡਮਿਲ। ਅਤੇ ਇਹ ਚੀਜ਼ਾਂ ਰੈਗੂਲਰਲੀ ਡੇਲੀ 250-300 ਕੈਲਰੀਜ਼ ਐਕਸਟਰਾ ਬਰਨ ਕਰਕੇ ਆਪਣੀ ਡਾਇਟ ਨੂੰ ਕੰਟੀਨਿਊ ਰੱਖ ਕੇ, ਅਤੇ ਉਹ ਜਿਹੜਾ ਲਾਸਟ ਫੈਟ ਹੈ ਡਰੋਪ ਹੋ ਜਾਂਦੀ ਹੈ, ਜਿਹਨੂੰ ਅਸੀਂ ਲਵ ਹੈਂਡਲਸ ਵੀ ਕਹਿੰਦੇ ਹਾਂ, ਜਿਹੜੇ ਲੇਕਿਨ ਲੋਕ ਸਿਰਫ ਜਿਮ ਜਾਂਦੇ ਹੀ ਉਹ ਘਟਾਉਣਾ, ਲੇਕਿਨ ਉਹ ਸਰਨੋਂ ਪਹਿਲਾਂ ਉਹ ਨਹੀਂ ਘੱਟ ਹੁੰਦੇ। ਪਹਿਲਾਂ ਤੁਹਾਡਾ ਪ੍ਰੋਪਰਲੀ ਬਾਡੀ ਦਾ ਫੈਟ ਲੂਜ਼ ਹੋਏਗਾ, ਦੈਨ ਤੁਹਾਡਾ ਲੋਅਰ ਬਾਡੀ ਜਿਹੜੀ ਆ ਹੌਲੀ ਹੌਲੀ ਕਲੀਨ ਲਾਸਟ 'ਚ ਹੋਊਗੀ ਜਦ। ਅਤੇ ਆਪਾਂ ਕੋਈ ਫੈਟ ਬਰਨਰ, ਕੋਈ ਸਪਲੀਮੈਂਟ ਜੇ ਆਪਾਂ ਲਈਏ ਤਾਂ ਕਿਹੜੇ ਲੈ ਸਕਦੇ, ਜਾਂ ਕਿਹੜਾ ਉਹ ਸੋਲਟ ਲੈ ਸਕਦੇ ਨੈਚੁਰਲੀ, ਜਿਹੜੇ ਵੈਲਿਡ ਹੈਗੇ, ਜਿਹੜੇ ਜਿੰਨਾ ਪ੍ਰੋਬਲਮ ਨਹੀਂ ਹੋ ਸਕਦੀ? ਦੇਖੋ, ਫੈਟ ਬਰਨਰਸ ਮੈਂ ਤਾਂ ਇਹੀ ਕਹੂੰਗਾ ਵੀ ਆਪਣੀ ਕੋਚ ਦੀ ਗਾਈਡੈਂਸ ਦੇ ਵਿੱਚ ਹੀ ਲਓ, ਕਿਉਂਕਿ ਉਹ ਅਕੋਰਡਿੰਗ ਟੂ ਬਾਡੀ ਤੁਹਾਡਾ ਦੇਖ ਕੇ ਦੱਸ ਸਕਦਾ ਵੀ ਕਿ ਕਿੰਨੀ ਕੁ ਡੋਜ਼ ਤੁਹਾਡੇ ਲਈ ਸੂਟੇਬਲ ਆ। ਸੋ ਆਪਣੇ ਆਪ ਦੇ ਜਾਂ ਫਾਸਟ ਰਿਜ਼ਲਟ ਲੈਣ ਦੇ ਚੱਕਰ ਦੇ ਵਿੱਚ ਅਸੀਂ ਕਿਸੇ ਦੀ ਸਰਵਿੰਗ 1 ਕੈਪਸੂਲ ਦੀ ਹੁੰਦੀ ਆ, ਕਿਸੇ ਦੀ 2 ਦੀ ਹੁੰਦੀ ਆ, ਕਈਆਂ ਦੀ 6 ਕੈਪਸੂਲਸ ਦੀ ਸਰਵਿੰਗ ਵੀ ਹੁੰਦੀ ਆ। ਸੋ
ਅਸੀਂ ਜਲਦੀ ਕਰਨ ਦੇ ਚੱਕਰ ਦੇ ਵਿੱਚ ਜੇ ਕਹੀਏ ਵੀ ਇੱਕ ਕੈਪਸੂਲ ਦੀਜੇਗਾ ਮੈਂ ਦੋ ਲੈ ਲੂੰਗਾ, ਉਹ ਓਨਾ ਇਫੈਕਟਿਵਲ ਨਹੀਂ ਹੋਏਗਾ ਤੁਹਾਡੇ ਲਈ। ਇਸ ਕਰਕੇ ਮੈਂ ਚਾਹੂੰਗਾ ਕਿ ਇਹ ਜਿਹੜਾ ਆਪਣੇ ਕੋਚ ਦੀ ਗਾਈਡੈਂਸ ਦੇ ਵਿੱਚ ਉਹੀ ਤੁਹਾਡੀ ਬੋਡੀ ਨੂੰ ਸਹੀ ਜਾਣਦਾ, ਉਹਨੂੰ ਪੁੱਛ ਕੇ ਹੀ ਤੁਹਾਨੂੰ ਵਧਾਉਣੀ ਜਾਂ ਘਟਾਉਣੀ ਚਾਹੀਦੀ ਆਪਣੀ। ਅਤੇ ਤੁਸੀਂ ਕਿੰਨੀ ਕੈਲਰੀਜ਼ 'ਤੇ ਰਹੇ ਹਾਂ ਲਾਸਟ ਆਪਣੇ ਡੇਜ਼ ਦੇ ਵਿੱਚ, ਕੱਟ ਫੇਜ਼ ਦੇ ਵਿੱਚ? ਲੋਕ ਤਾਂ ਮੈਂ ਦੇਖਿਆ ਕਈ ਮੁੰਡੇ 1200-1200 ਕੈਲਰੀਆਂ ਖਾ ਰਹੇ ਆ ਸਰ, ਕਿ ਉਹ ਠੀਕ ਹੈ ਜਾਂ ਕਿੱਦਾਂ, ਉਹ ਕਿੰਨੀ ਕੈਲਰੀਜ਼ ਹੋਣੀਆਂ ਚਾਹੀਦੀਆਂ ਤੁਹਾਡੇ ਸਾਨੂੰ ਆਲਮੋਸਟ? ਕੈਲਰੀਜ਼ ਮੈਂ ਆਪਣੀ ਲੀਸਟ ਕੈਲਰੀਜ਼ ਕੱਟ ਦੇ ਵਿੱਚ ਵੀ 1800 ਕੈਲਰੀ ਰੱਖੀ ਹੋਈ ਸੀ, ਸੋ ਬਿਲਕੁਲ ਲਾਸਟ ਦੇ ਵਿੱਚ ਜਾ ਕੇ 1800 ਕੀਤੀ ਸੀ। ਇਨ ਬਿਟਵੀਨ ਮੈਂ 2000 ਕੈਲਰੀ 'ਤੇ ਸਟ੍ਰਿਕਟ ਰਿਹਾ ਸੀ, ਬਟ ਮੇਰੀ ਬੋਡੀ ਟਾਈਮ ਟੂ ਟਾਈਮ ਪਰਫੋਰਮ ਕਰ ਰਹੀ ਸੀ ਅਤੇ ਰਿਸਪੋਂਸ ਦੇ ਰਹੀ ਸੀ 19 ਕੈਲਰੀ 'ਤੇ, ਮੈਨੂੰ ਫੋਰ ਦਾ ਟਾਈਮਿੰਗ ਡਰੋਪ ਕਰਨ ਦੀ ਜ਼ਰੂਰਤ ਨਹੀਂ ਪਈ। ਅਤੇ ਜਿੱਦਾਂ ਹੁਣ 1200 ਕੈਲਰੀਜ਼ 'ਤੇ ਜਾਂਦੇ ਆ ਕਈ, ਜਾਂ ਉਹਨਾਂ ਦਾ ਕੋਚ ਕਹਿ ਦਿੰਦਾ ਕਲੈਨਬਿਊਟਰ ਲੈ ਕੇ ਬਿਲਕੁਲ ਕੈਲਰੀ ਡਰੋਪ ਕਰ ਦਿੰਦੇ, ਕਾਰਬ ਜ਼ੀਰੋ ਕਰ ਦਿੰਦੇ ਆ, ਉਹ ਸਹੀ ਅਪਰੋਚ ਹੈ? ਦੇਖੋ ਉਹ ਕਿਸੇ ਕੋਚ ਦੀ ਮੈਂ ਗੱਲ ਦਾ ਮੈਂ ਦੱਸ ਨਹੀਂ ਸਕਦਾ, ਲੇਕਿਨ 1200 ਕੈਲਰੀਜ਼ ਬਹੁਤ ਲੈਸ ਕੈਲਰੀ ਆ, ਮੇ ਬੀ ਤੁਹਾਡਾ ਮਸਲ ਡਰੋਪ ਹੋਣ ਦੇ ਚਾਂਸਿਸ ਵੀ ਰਹਿੰਦੇ ਆ ਇੰਨੀ ਘੱਟ ਕੈਲਰੀ ਜੇ ਤੁਸੀਂ ਲੈਂਦੇ ਆ। ਅਤੇ ਇਸ ਕਰਕੇ ਕੈਲਰੀ ਇੱਕ ਤਾਂ ਕਾਊਂਟ ਨਹੀਂ ਕਰਦੀ, ਜਿਹੜੇ ਜਨਰੇਸ਼ਨ ਆ ਉਹਨਾਂ ਦੇ ਵਿੱਚ ਕਾਊਂਟਿੰਗ ਦੀ ਉਹ ਅਬਿਲਿਟੀ ਨਹੀਂ ਹੈਗੀ, ਸੋ ਯੂ ਸ਼ੁੱਡ ਕਾਊਂਟ ਯੂਅਰ ਕੈਲਰੀਜ਼ ਵਟ ਯੂ ਈਟ ਇਨ ਦਾ ਡੇ, ਸੋ ਉਹਦੇ ਨਾਲ ਹੀ ਜਦੋਂ ਕੰਸਿਸਟੈਂਟਲੀ ਤੁਸੀਂ ਕਾਊਂਟ ਕਰੋਗੇ ਤਾਂ ਹੀ ਤੁਹਾਨੂੰ ਪਤਾ ਲੱਗੇਗਾ ਵੀ ਇੰਨੀ ਕੈਲਰੀ ਖਾ ਕੇ ਤੁਹਾਡੀ ਬੋਡੀ ਪਰਫੋਰਮ ਕਰ ਰਹੀ ਹੈ ਕਿ ਨਹੀਂ ਕਰ ਰਹੀ। ਅਤੇ ਇੱਕ ਚੀਜ਼ ਭਾਅ ਜੀ ਮੈਂ ਜ਼ਿਆਦਾ ਟਾਈਮ ਨਹੀਂ ਲਾਉਣਾ, ਇੱਕ ਲਾਸਟ ਚੀਜ਼ ਹੋਰ ਪੁੱਛਣੀ ਹੈ ਕਿਉਂਕਿ ਅਸੀਂ ਵਰਕਆਊਟ ਵੀ ਕਰਨਾ ਇਸ ਤੋਂ ਬਾਅਦ, ਭਾਅ ਜੀ ਵਰਕਆਊਟ ਕਿਹਦਾ ਰੱਖੀਏ ਆ ਜਾਂ ਕੀ ਰੱਖੇ ਜੇ ਬੰਦਾ ਜਿਹਦਾ ਕੰਪੀਟ ਹੈ ਜਾਂ ਜਿਹਨੇ ਫੋਟੋ ਸ਼ੂਟ ਵੀ ਕਰਾਉਣਾ 40 ਤੋਂ ਬਾਅਦ, ਕਿੱਦਾਂ ਵਰਕਆਊਟ ਰੱਖੇ, ਕੀ ਕਰੇ ਉਹ? ਸੋ ਮੈਂ ਆਪਣੀ ਜਰਨੀ ਦੇ ਵਿੱਚ ਜੋ ਫੀਲ ਕੀਤਾ ਕਿ ਬੇਸਿਕ ਵਰਕਆਊਟ ਇਜ਼ ਅ ਬੈਸਟ ਵਰਕਆਊਟ, ਕੋਈ ਫੈਂਸੀ ਵਰਕਆਊਟਸ, ਹਾਂ ਨੋ ਡਾਊਟ ਤੁਸੀਂ ਆਪਣੀ ਬੋਡੀ ਨਾਲ ਐਕਸਪੈਰੀਮੈਂਟ ਕਰ ਸਕਦੇ ਹਾਂ। ਵੀ ਡਿਡ ਅਲੋਟ ਜੀ ਵੀ ਟੀ ਵੀ ਕੀਤੀ ਹੈ ਅਸੀਂ ਪੁਸ਼ ਪੁੱਲ ਲੈਗਸ ਵੀ ਕੀਤੀਆਂ ਐਂਡ ਸੋ ਮੈਨੀ, ਡਬਲ ਮਸਲ ਵੀ ਲਾਇਆ, ਸਿੰਗਲ ਮਸਲ ਵੀ ਲਾਇਆ। ਪਰ ਤੁਹਾਨੂੰ ਰਿਜ਼ਲਟ ਕਿਹੜੇ? ਰਿਜ਼ਲਟ ਲਾਸਟ ਜੋ ਮੈਂ ਰਿਜ਼ਲਟ ਮੈਨੂੰ ਅੱਛੇ ਮਿਲ ਰਹੇ ਹੈ ਪੁਸ਼ ਪੁੱਲ ਲੈਗਸ ਦੇ ਨਾਲ, ਮੈਨੂੰ ਕਾਫੀ ਅੱਛਾ ਰਿਜ਼ਲਟ ਮਿਲ ਰਿਹਾ। ਪੁਸ਼ ਪੁੱਲ ਐਂਡ ਲੈਗ ਵਰਕਆਊਟ ਆ ਜਿਹਦੇ ਵਿੱਚ ਪੁਸ਼ ਮੂਮੈਂਟਸ, ਲੈਗ ਪੁੱਲ ਮੂਮੈਂਟਸ ਅਤੇ ਲੈਗ ਵਰਕਆਊਟ ਜਿਹੜਾ ਸੀ ਉਹ ਡਿਫਰੈਂਟ, ਅਸੀਂ ਥੋੜ੍ਹਾ ਚੇਂਜ ਕਰ ਲੈਂਦੇ ਹਾਂ ਜਦੋਂ ਰਿਪੀਟ ਹੁੰਦਾ। ਸਮਟਾਈਮਸ ਵੀ ਫੋਕਸ ਔਨ ਦਾ ਚੈਸਟ, ਫਸਟ ਪੁਸ਼ 'ਤੇ ਚੈਸਟ ਨੂੰ ਫੋਕਸ ਕਰਦੇ ਹਾਂ, ਨੈਕਸਟ ਪੁਸ਼ 'ਤੇ ਅਸੀਂ ਸ਼ੋਲਡਰ ਨੂੰ ਫੋਕਸ ਕਰ ਲੈਂਦੇ ਹਾਂ। ਸੇਮ ਵਿਦ ਗੋ ਵਿਦ ਦਾ ਲੈਗਸ, ਫਸਟ ਲੈਗ ਵਰਕਆਊਟ ਵੀ ਫੋਕਸਡ ਔਨ ਦਾ ਕੁਆਡਸ ਐਂਡ ਨੈਕਸਟ ਲੈਗ ਵਰਕਆਊਟ ਵੀ ਫੋਕਸ ਔਨ ਦਾ ਹੈਮ। ਅਤੇ ਭਾਅ ਜੀ ਪ੍ਰੋਟੀਨ ਇਨਟੇਕ ਦਾ ਸੋਰਸ ਕੀ ਰਿਹਾ ਮੇਨ ਤੁਹਾਡੀ ਜਰਨੀ ਦੇ ਵਿੱਚ ਮੇਨ ਸੋਰਸ? ਸੋ ਮੈਂ ਜ਼ਿਆਦਾ ਰਿਲਾਈ ਨਹੀਂ ਕੀਤਾ ਪ੍ਰੋਟੀਨ ਸਪਲੀਮੈਂਟ ਦੇ ਉੱਤੇ, ਨੋ ਡਾਊਟ ਆਈ ਟੇਕ ਸਪਲੀਮੈਂਟ ਪ੍ਰੋਟੀਨ 1-1.5 ਸਕੂਪ ਹੋਲ ਡੇ। ਮਾਈ ਮੇਜਰ ਪ੍ਰੋਟੀਨ ਸੋਰਸਿਸ ਆਰ ਚਿਕਨ ਬ੍ਰੈਸਟ, ਐਗਸ, ਪੀਨਟ ਬਟਰ, ਐਲਮੰਡ ਬਟਰ ਐਂਡ ਮੋਰ ਵੈਜ ਸੋਰਸਿਸ, ਕਿਨੂਆ, ਓਟਸ, ਦੀਜ ਆਰ ਦਾ ਮੇਜਰ ਫੂਡਸ ਇਨ ਮਾਈ ਪਲੈਨ। ਸੋ ਤੁਸੀਂ ਦੇਖ ਹੀ ਲਿਆ ਕਿ ਬਹੁਤ ਹੀ ਬੇਸਿਕ ਡਾਇਟ, ਬੇਸਿਕ ਟ੍ਰੇਨਿੰਗ, ਪੁਸ਼ ਪੁੱਲ ਲੈਗ, ਬੇਸਿਕ ਜੇ ਸਪਲੀਮੈਂਟ ਫੈਟ ਬਰਨਰ ਜੇ ਲੈਣਾ ਵੀ ਹੈ ਸਰ ਨੇ ਲਿਆ ਹੋਊਗਾ, ਆਫਕੋਰਸ ਆਪਾਂ ਲਿਆ ਹੀ ਸੀ ਉਦੋਂ। ਅਤੇ ਜੇ ਤੁਸੀਂ ਵੀ 40 ਪਲੱਸ ਹੋ ਫਿਰ ਸੋਚ ਰਹੇ ਹੋ ਕਿ ਮੈਨੂੰ ਕਲੈਨਬਿਊਟਰੋਲ ਲੈਣੀ ਪੈਣੀ ਹੈ, ਸਟੀਰੋਇਡ ਲੈਣਾ ਪੈਣਾ, ਆਈ ਥਿੰਕ ਉਹ ਕੇਸ ਸਹੀ ਨਹੀਂ ਹੈ, ਹੈ ਨਾ ਸਰ? ਅਤੇ ਉਸ ਤੋਂ ਬਿਨਾਂ ਵੀ ਸਰ ਨੇ ਟ੍ਰਾਂਸਫੋਰਮੇਸ਼ਨ ਕੀਤੀ ਹੈ, ਮੈਂ ਨਾਲ ਨਾਲ ਤੁਹਾਨੂੰ ਫੋਟੋਜ਼ ਦਿਖਾ ਰਿਹਾ ਸਰ ਦੀਆਂ, ਬਹੁਤ ਹੀ ਜ਼ਿਆਦਾ ਸ਼੍ਰੈਡਿਡ ਪੀਲਡ ਫਿਜ਼ੀਕ ਸੀ ਭਾਅ ਜੀ। ਯੈਸ। ਅਤੇ ਐਕਸਪੀਰੀਅੰਸ ਕਿੱਦਾਂ ਦਾ ਰਿਹਾ? ਨੈਚੁਰਲੀ ਬਹੁਤ ਵਧੀਆ ਸੀ,
ਨਾਓ ਆਈ ਵੁੱਡ ਲਾਈਕ ਟੂ ਅਗੇਨ ਮੈਂ ਉਹ ਜਵਾ ਫੇਸ ਦੁਬਾਰਾ ਟੱਚ ਕਰਨਾ ਚਾਹੁੰਦਾ। ਇਨ ਬਿਟਵੀਨ ਅਸੀਂ ਬਲਕਿੰਗ ਦੇ ਵਿੱਚ ਚਲ ਗਏ ਸੀ ਥੋੜ੍ਹਾ, ਅਤੇ ਉਹ ਇੱਕ ਜਦੋਂ ਬੰਦਾ ਉਹ ਅਚੀਵ ਕਰ ਲੈਂਦਾ ਤਾਂ ਉਹਦਾ ਬੈਸਟ ਪੀਰੀਅਡ ਹੁੰਦਾ ਬੰਦੇ ਦਾ। ਆਲਵੇਜ਼ ਵਾਂਟਸ ਕਿ ਮੈਂ ਉਸ ਪੀਰੀਅਡ ਦੇ ਵਿੱਚ ਵਾਪਸ ਜਾਵਾਂ। ਜਿੰਨੀ ਦੇਰ ਤੱਕ ਤੁਸੀਂ ਅਚੀਵ ਨਹੀਂ ਕਰ ਪਾਉਂਦੇ ਜਾਂ ਕਰਦੇ ਨਹੀਂ, ਉਨੀ ਦੇਰ ਤੱਕ ਤੁਹਾਨੂੰ ਉਸ ਚੀਜ਼ ਦਾ ਜਿਹੜਾ ਉਹ ਮਜ਼ਾ ਪਤਾ ਨਹੀਂ ਲੱਗ ਸਕਦਾ, ਪਤਾ ਨਹੀਂ ਲੱਗ ਸਕਦਾ। ਤਾਂ ਠੀਕ ਹੈ ਸਰ, ਮੈਂ ਜਸਟ ਤੁਹਾਡੇ ਡਾਊਟਸ ਕਲੀਅਰ ਕਰਨੇ ਸੀ ਕਿ ਵੈਸੇ ਵੀ ਮੈਂ ਤੁਹਾਨੂੰ ਨਵੇਂ ਨਵੇਂ ਐਥਲੀਟਸ ਨਾਲ ਮਿਲਾਊਂਗਾ, ਜੋ ਵੀ ਮੇਰੇ ਫਰੈਂਡਸ ਆ ਜਾਂ ਕਲਾਇੰਟਸ ਆ ਜਾਂ ਜਿਹਨਾਂ ਨੂੰ ਮੈਂ ਟ੍ਰੇਨ ਕਰਦਾ ਉਹਨਾਂ ਦਾ ਇੰਟਰਵਿਊਜ਼ ਤੁਹਾਡੇ ਨਾਲ ਸ਼ੇਅਰ ਕਰੂੰਗਾ। ਸੋ ਆਈ ਹੋਪ ਤੁਹਾਨੂੰ ਕੋਈ ਚੀਜ਼ਾਂ ਸਮਝ ਆਈਆਂ ਹੋਣ ਇੰਟਰਵਿਊ ਤੋਂ, ਤੁਹਾਨੂੰ ਸਮਝ ਆਇਆ ਹੋਣਾ ਕਿ ਬੇਸਿਕ ਟ੍ਰੇਨਿੰਗ ਦੇ ਨਾਲ, ਬੇਸਿਕ ਡਾਇਟ ਦੇ ਨਾਲ ਵੀ ਬਹੁਤ ਵਧੀਆ ਰਿਜ਼ਲਟ ਤੁਸੀਂ ਸਟੇਜ 'ਤੇ ਜਾ ਸਕਦੇ ਹੋ। ਡਿਪੈਂਡ ਕਰਦਾ ਤੁਹਾਡਾ ਗੋਲ ਕੀ ਹੈ। ਇਫ ਯੂਅਰ ਗੋਲ ਇਜ਼ ਟੂ ਕੰਪੀਟ ਇਨ ਹਾਇਰ ਸ਼ੋਜ਼, IBB ਸ਼ੋਜ਼, ਅਫਕੋਰਸ ਉਹ ਸਟੀਰੋਇਡ ਤੋਂ ਬਿਨਾਂ ਨਹੀਂ ਹੋ ਸਕਦੇ, ਬਟ ਜੇ ਕੋਈ ਨੈਚੁਰਲ ਆਰਗਨਾਈਜੇਸ਼ਨਸ ਹੈ ਤੁਸੀਂ ਡੈਫੀਨੇਟਲੀ ਉਹ 'ਚ ਕੰਪੀਟਸ ਕਰ ਸਕਦੇ ਹੋ। ਆਲਰਾਈਟ, ਥੈਂਕ ਯੂ ਸੋ ਮਚ, ਡੂ ਟੇਕ ਕੇਅਰ ਆਫ ਯੂਅਰ ਮਦਰ, ਬਾਏ।